ਸਤਿ ਸ਼੍ਰੀ ਅਕਾਲ ਸਾਰੇ ਜਸ ਪੰਜਾਬੀ ਦੇਖਣ ਵਾਲੇ ਭੈਣਾਂ ਦੇ ਭਰਾਵਾਂ ਨੂੰ ਆਪ ਦਾ ਨਿੱਘਾ ਸਵਾਗਤ ਹੈ ਜਸ ਪੰਜਾਬੀ ਦੇ ਉੱਤੇ ਔਰ ਮੇਰਾ ਨਾਮ ਹੈ ਦੀਪਕ ਤਿਮਾਨ। ਸਭ ਤੋਂ ਪਹਿਲਾਂ ਤਾਂ ਆਪਾਂ ਅੱਜ ਇਹ ਦੱਸੀਏ ਕਿ ਇਸ ਸ਼ੋਅ ਦੇ ਵਿੱਚ ਆਪਾਂ ਹੋਮਿਓਪੈਥਿਕ ਦੀਆਂ ਦਵਾਈਆਂ ਦੇ ਉੱਤੇ ਗੱਲ ਕਰਨੀ ਹੈਗੀ ਆ ਔਰ ਤਿਆਰ ਹੋ ਜਾਓ ਤੁਸੀਂ ਅਗਰ ਕੋਈ ਵੀ ਪ੍ਰੋਬਲਮ ਤੁਹਾਨੂੰ ਹੈਗੀ ਆ ਆਂਢ ਗੁਆਂਢ ਭੈਣ ਭਰਾ ਨੂੰ ਕਿਸੇ ਨੂੰ ਵੀ ਰਿਸ਼ਤੇਦਾਰ ਨੂੰ ਕਈ ਵਾਰੀ ਕਈ ਬੰਦੇ ਨਹੀਂ ਦੱਸਦੇ ਮਗਰ ਆਪਾਂ ਮਹਿਸੂਸ ਜ਼ਰੂਰ ਕਰਦੇ ਹਾਂ ਸਾਡੇ ਘਰ ਕੋਈ ਪ੍ਰਾਹੁਣਾ ਆਉਂਦਾ ਰਾਤ ਨੂੰ ਆਪਾਂ ਉਹਨਾਂ ਨੂੰ ਕਹਿੰਦੇ ਜੀ ਆ ਤੁਹਾਡਾ ਗੈਸਟ ਰੂਮ ਆ ਸੋ ਜਾਓ ਆ ਪਾਣੀ ਦਾ ਰਾਤ ਨੂੰ ਪਤਾ ਲੱਗਦਾ ਸਾਰੀ ਰਾਤ ਜਾਂ ਤਾਂ ਉਹ ਖੰਘੀ ਜਾ ਰਹੇ ਆ ਖੰਘੀ ਜਾ ਰਹੇ ਆ ਰੇਸ਼ਾ ਬਹੁਤ ਜ਼ਿਆਦਾ ਹੈਗੀ ਆ ਸੋ ਨਹੀਂ ਪਾ ਰਹੇ ਔਰ ਸਾਨੂੰ ਬੜੀ ਪਰੇਸ਼ਾਨੀ ਹੁੰਦੀ ਹੈ ਕਿ ਲੈ ਸਾਡੇ ਘਰ ਪ੍ਰਾਹੁਣੇ ਆਏ ਹੈਗੇ ਆ ਔਰ ਪ੍ਰੋਪਰ ਤਰੀਕੇ ਦੇ ਨਾਲ ਸੌ ਵੀ ਨਹੀਂ ਸਕੇ ਕਿ ਪਤਾ ਨਹੀਂ ਅਸੀਂ ਕੋਈ ਰੋਟੀ ਇਹੋ ਜਿਹੀ ਖਵਾ ਦਿੱਤੀ ਹੈਗੀ ਹੈ ਬਹੁਤ ਸਾਰੀਆਂ ਐਸੀਆਂ ਚੀਜ਼ਾਂ ਹੁੰਦੀਆਂ ਪਰ ਇਹ ਨਹੀਂ ਹੁੰਦਾ ਕਿ ਉਹ ਮਗਰ ਜਦੋਂ ਸਾਡੇ ਘਰ ਕੋਈ ਪਹੁੰਚਦਾ ਜਾਂ ਅਸੀਂ ਕਿਤੇ ਜਾਂਦੇ ਤਾਂ ਉਸੇ ਵੇਲੇ ਕੋਈ ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ ਜਾਂ ਉਸੇ ਵੇਲੇ ਹੁੰਦੀ ਕਿਉਂਕਿ ਅਕਸਰ ਜਿਹੜੀਆਂ ਇੱਦਾਂ ਦੀਆਂ ਕੋਈ ਬਿਮਾਰੀਆਂ ਹੈਗੀਆਂ ਇਹ ਬੜੀਆਂ ਪੁਰਾਣੀਆਂ ਲੱਗੀਆਂ ਹੁੰਦੀਆਂ ਹੈਗੀਆਂ ਹਰ ਬੰਦਾ ਬਹੁਤ ਪਰੇਸ਼ਾਨ ਹੈਗਾ ਆ ਤਰ੍ਹਾਂ ਤਰ੍ਹਾਂ ਦੀਆਂ ਦਵਾਈਆਂ ਖਾ ਕੇ ਇੰਨੀਆਂ ਦਵਾਈਆਂ ਲੋਕਾਂ ਨੇ ਖਾਧੀਆਂ ਹੈਗੀਆਂ ਜਾਂ ਸਾਰੇ ਖਾਂਦੇ ਹੈਗੇ ਮੈਂ ਵੀ ਖਾਂਦਾ ਕਿਤੇ ਕਿਤੇ ਕਿ ਦਵਾਈਆਂ ਖਾ ਖਾ ਕੇ ਸਾਡੇ ਸਰੀਰ ਦਾ ਬੇੜਾ ਗਰਕ ਹੋ ਗਿਆ ਔਰ ਅਸੀਂ ਇਹ ਨਹੀਂ ਸੋਚ ਪਾ ਰਹੇ ਇਹ ਨਹੀਂ ਸਮਝ ਪਾ ਰਹੇ ਕਿ ਅਸੀਂ ਕੀ ਕਰੀਏ ਕੀ ਨਾ ਕਰੀਏ ਕਈ ਵਾਰੀ ਅਸੀਂ ਯੂਟਿਊਬ ਖੋਲ੍ਹ ਲੈਂਦੇ ਹਾਂ ਉਹ 'ਤੇ ਪਤਾ ਲੱਗਦਾ ਤੁਸੀਂ ਅਦਰਕ ਖਾ ਲਓ ਜੀ ਲੂਣ ਲਾ ਕੇ ਕਈ ਵਾਰੀ ਪਤਾ ਲੱਗਦਾ ਕਿ ਤੁਸੀਂ ਫਲਾਨੀ ਚੀਜ਼ ਕਰ ਲਓ ਜਾਂ ਉਹ ਧਮਕਾਨੀ ਚੀਜ਼ ਕਰ ਲਓ ਬਈ ਜਿਹੜੇ ਲੋਕਾਂ ਨੇ ਇਸ ਚੀਜ਼ ਦੇ ਉੱਤੇ ਪੂਰੀ ਆਪਣੀ ਕਹਿਣ ਦਾ ਮਤਲਬ ਜ਼ਿੰਦਗੀ ਲਾ ਦਿੱਤੀ ਹੈਗੀ ਆ ਕੋਈ 40 ਸਾਲ ਤੋਂ ਲੱਗਾ ਆ ਕੋਈ 35 ਸਾਲ ਤੋਂ ਲੱਗਾ ਆ ਕਿਤਾਬਾਂ ਪੜ੍ਹ ਪੜ੍ਹ ਕੇ ਰਿਸਰਚ ਕਰਕੇ ਕਿ ਜਿਹੜੀ ਜਿੱਦਾਂ ਹੁਣ ਕਿ ਹੋਮਿਓਪੈਥਿਕ ਦੀ ਅਸੀਂ ਖਾਸ ਤੌਰ 'ਤੇ ਗੱਲ ਕਰਦੇ ਹਾਂ ਜਦੋਂ ਇਹਦੀ ਰਿਸਰਚ ਹੋਈ ਸੀਗੀ ਬਹੁਤ ਪੁਰਾਣੇ ਟਾਈਮ ਤੋਂ ਹੋਈ ਹੈਗੀ ਹੈ ਖੈਰ ਮੈਂ ਕਹਿੰਦਾ ਮਤਲਬ ਕਿ ਇਹਦਾ ਗਿਆਨੀ ਤਾਂ ਨਹੀਂ ਹੈਗਾ ਮਗਰ ਫਿਰ ਵੀ ਸੁਣਨ ਦੇ ਵਿੱਚ ਆਇਆ ਹੈਗਾ ਕਿ ਬਹੁਤ ਪਹਿਲਾਂ ਇਹ ਹੋਮਿਓਪੈਥੀ ਦੀ ਜਿਹੜੀ ਇੱਕ ਦਵਾਈ ਇਜ਼ਾਦ ਹੋਈ ਸੀ ਜਾਂ ਇਹ ਫਾਰਮੂਲਾ ਇਜ਼ਾਦ ਹੋਇਆ ਸੀਗਾ ਕਿਉਂਕਿ ਹਰ ਬੰਦਾ ਅੰਗਰੇਜ਼ੀ ਦੀ ਦਵਾਈ ਖਾ ਖਾ ਕੇ ਬੜਾ ਪਰੇਸ਼ਾਨ ਹੋ ਚੁੱਕਿਆ ਸੀ ਕਿਉਂਕਿ ਜਿਹੜੀ ਹੁੰਦੀ ਹੈ ਕਿ ਅੰਗਰੇਜ਼ੀ ਦੀ ਦਵਾਈ ਕਿ ਬਸ ਇੱਕ ਸੈਕਿੰਡ ਲਈ ਤੁਸੀਂ ਉਹਨੂੰ ਅੱਜ ਮੰਨ ਲਓ ਅੱਜ ਖਾਧੀ ਹੈ ਸਵੇਰ ਤੱਕ ਥੋੜ੍ਹਾ ਜਿਹਾ ਆਰਾਮ ਮਿਲ ਗਿਆ ਮਗਰ ਉਹਨੂੰ ਜੜੋਂ ਜਿਹੜਾ ਉਖਾੜਨਾ ਉਸ ਬਿਮਾਰੀ ਨੂੰ ਕਿਸ ਤਰੀਕੇ ਨਾਲ ਅਸੀਂ ਉਹਦੇ 'ਤੇ ਕੰਮ ਕਰ ਸਕਦੇ ਹੈਗੇ ਹਾਂ ਉਹ ਕਿਹੜੀ ਦਵਾਈ ਇਫੈਕਟ ਕਰਦੀ ਹੈ ਪ੍ਰੋਪਰ ਢੰਗ ਦੇ ਨਾਲ ਅਗਰ ਮੰਨ ਲਓ ਮੈਂ ਇਹ ਸਮਝਦਾ ਕਿ ਕੋਈ ਵੀ ਦਵਾਈ ਜਿਹੜੀ ਅਸੀਂ ਅੰਗਰੇਜ਼ੀ ਦਵਾਈ ਖਾਂਦੇ ਹਾਂ ਕਿ ਜੇ ਸਾਨੂੰ ਉਹਦਾ 2 ਦਿਨ ਦਵਾਈ ਖਾ ਕੇ ਆਰਾਮ ਆ ਜਾਊਗਾ ਤਾਂ ਜਿਹੜੀ ਬਾਕੀ ਦੀ ਸ਼ੀਸ਼ੀਆਂ ਭਰੀਆਂ ਆ ਬੋਤਲਾਂ ਪਈਆਂ ਹੈਗੀਆਂ ਉਹ ਵਿਕਣੀਆਂ ਕਦੋਂ ਆ ਤਾਂ ਉਹ ਕਿਹਨੇ ਖਾਣੀਆਂ ਤਾਂ ਕਿੱਦਾਂ ਹੋਏਗਾ ਕਿਉਂਕਿ ਇੱਕ ਦਵਾਈ ਦੇ ਉੱਤੇ ਲੱਗਿਆ ਰਹਿਣਾ ਚਾਹੀਦਾ ਉਹ ਯਾਦ ਆ ਕਿ ਨਹੀਂ ਜਦੋਂ ਆਪਾਂ ਪਿੰਡਾਂ ਦੇ ਵਿੱਚ ਮੱਝਾਂ ਗਾਈਆਂ ਕਈ ਵਾਰੀ ਗਾਂ ਤਾਂ ਚੋਣ ਦੇ ਖਾਸ ਤੌਰ 'ਤੇ ਹੁੰਦਾ ਸੀਗਾ ਕਿ ਗਾਂ ਨੂੰ ਚੋਣ ਦੇ ਲਈ ਮੈਨੂੰ ਯਾਦ ਆ ਕਿ ਮੇਰੀ ਮਾਂ ਨੇ ਕਹਿਣਾ ਕਿ ਤੂੰ ਇੱਦਾਂ ਕਰਕੇ ਆਟਾ ਫੜ ਲਾ ਥੋੜ੍ਹਾ ਜਿਹਾ ਕਿ ਮੋਰੇ ਤੂੜੀ ਪਈ ਹੋ ਅਤੇ ਇਹਨੂੰ ਇੱਦਾਂ ਭੁੱਕੀ ਜਾਈ ਥੋੜ੍ਹਾ ਉਹ ਕਹਿੰਦਾ ਮਤਲਬ ਕਿ ਗਾਂ ਨੂੰ ਪਹਾੜੇ 'ਤੇ ਲਾਇਆ ਸੀਗਾ ਉਹਦਾ ਧਿਆਨ ਉੱਧਰ ਪਾ ਕੇ ਤਾਂ ਉਹ ਦੁੱਧ ਚੋਈ ਜਾਣਾ ਤਾਂ ਕਈ ਵਾਰੀ ਅਸੀਂ ਇੱਦਾਂ ਦੇ ਕਹਿੰਦਾ ਮਤਲਬ ਕਿ ਤਰੀਕੇ 'ਚ ਫਸ ਜਾਂਦੇ ਹੈਗੇ ਆ ਕਿ ਜਿੰਨੀ ਦੇਰ ਦਵਾਈ ਖਾਈ ਜਾਂਦੇ ਸਾਨੂੰ ਲੱਗਦਾ ਕਿ ਸਾਨੂੰ ਆਰਾਮ ਮਿਲ ਗਿਆ ਮਗਰ ਇਹਦੀ ਜੜ੍ਹ ਨੂੰ ਕਿੱਦਾਂ ਆਪਾਂ ਤੋੜਨਾ ਜੜ੍ਹ ਨੂੰ ਕਿੱਦਾਂ ਆਪਾਂ ਖਤਮ ਕਰਨਾ ਹੈਗਾ ਇਹਦੇ ਬਾਰੇ ਆਪਾਂ ਡਿਸਕਸ ਕਰਦੇ ਹੈਗੇ ਆ ਸਾਡੇ ਕੋਲ ਹੋਮਿਓਪੈਥਿਕ ਦੇ ਬਹੁਤ ਹੀ ਸੂਝਵਾਨ ਔਰ ਬਹੁਤ ਹੀ ਰਿਸਰਚਰ ਜਿਨ੍ਹਾਂ ਨੇ ਕਾਫੀ ਦੇਰ ਤੋਂ ਇਸ ਪਾਸੇ ਨੂੰ ਆਪਣੇ ਆਪ ਨੂੰ ਲਗਾਇਆ ਹੈਗਾ ਡਾਕਟਰ ਇਫਤਿਖਾਰ ਚੌਧਰੀ ਜੀ ਸਾਡੇ ਕੋਲ ਆਏ ਨੇ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਡਾਕਟਰ ਸਾਹਿਬ ਤੁਹਾਡਾ ਨਿੱਘਾ ਸਵਾਗਤ ਸਤਿ ਸ਼੍ਰੀ ਅਕਾਲ ਜੀ ਆਦਾਬ ਜੀ ਕੀ ਹਾਲ ਚਾਲ ਹੈ ਬਹੁਤ ਵਧੀਆ ਤੁਸੀਂ ਸੁਣਾਓ ਕੀ ਹਾਲ ਚਾਲ ਹੈ ਬਹੁਤ ਬਹੁਤ ਅੱਜ ਬੜੇ ਨਿਖਰੇ ਜਿਹੇ ਲੱਗਦੇ ਪਏ ਹੋ ਥੈਂਕ ਯੂ ਜੀ ਬਹੁਤ ਬਸ ਰੈਸਟ ਕਰੋ ਤੇ ਇਹੀ ਹੁੰਦਾ ਰੈਸਟ ਇਜ਼ ਦਾ ਬੈਸਟ ਪਾਲਿਸੀ ਔਰ ਦੂਜਾ ਸਪੈਸ਼ਲੀ ਕਈ ਵਾਰੀ ਇਹ ਵੀ ਹੁੰਦਾ ਕਿ ਜਿੱਦਾਂ ਹੁਣ ਸਨੋ ਅੱਜ ਦੁਪਹਿਰੇ ਥੋੜ੍ਹੀ ਜਿਹੀ ਪੈ ਗਈ ਹਾਂਜੀ ਤਾਂ ਸਨੋ ਪੈਣ ਤੋਂ ਬਾਅਦ ਫਿਰ ਜਦੋਂ ਆਪਣੇ ਆਪ ਨੂੰ ਝਾੜ ਲੈਣਾ ਫਿਰ ਥੋੜ੍ਹੇ ਵੈਸੇ ਵੀ ਖੂਬਸੂਰਤ ਬੰਦਾ ਹੋ ਜਾਂਦਾ ਕਹਿੰਦੇ ਮੌਸਮ ਦੇ ਨਾਲ ਡਾਕਟਰ ਸਾਹਿਬ ਮੈਂ ਹੈ ਨਾ ਗੱਲ ਕਰਦਾ ਸੀਗਾ ਕਿ ਕਈ ਵਾਰੀ ਸਾਡੇ ਘਰੇ ਕੋਈ ਪ੍ਰਾਹੁਣੇ ਆ ਜਾਂਦੇ ਹੈਗੇ ਆ ਠੀਕ ਹੈ ਜਾਂ ਦਵਾਈਆਂ ਖਾ ਖਾ ਕੇ ਅਸੀਂ ਆਪਣੇ ਜਿਸਮ ਦਾ ਸੱਤਿਆਨਾਸ਼ ਕੀਤਾ ਪਿਆ ਪੂਰਾ ਤਾਂ ਇੱਕ ਗੱਲ ਮੈਂ ਸ਼ੁਰੂ ਕਰੂੰਗਾ ਕਿ ਜਿੱਦਾਂ ਸਾਡੇ ਜਿਹੜੇ ਬਜ਼ੁਰਗ ਹੈਗੇ ਆ ਹਾਂਜੀ ਜਾਂ ਬਜ਼ੁਰਗ ਨਾ ਵੀ ਹੋਵੇ ਤਾਂ ਯੰਗ ਏਜ ਦੇ ਵਿੱਚ ਵੀ ਮਹਿਸੂਸ ਕੀਤਾ ਹੈਗਾ ਕਿ ਬੰਦਾ ਰਾਤ ਨੂੰ ਇੱਕ ਤਾਂ ਤੁਸੀਂ ਤਾਂ ਬਹੁਤ ਵਧੀਆ ਕਹਿੰਦੇ ਜੀ ਰਾਤ ਨੂੰ ਪੂਰੀ ਨੀਂਦ ਲੈਣੀ ਚਾਹੀਦੀ ਪਰ ਉਹ ਨੀਂਦ ਪੂਰੀ ਨਹੀਂ ਹੁੰਦੀ ਬੰਦੇ ਨੂੰ ਹਰ 1 ਘੰਟੇ ਬਾਅਦ ਅੱਧੇ ਘੰਟੇ ਬਾਅਦ 2 ਘੰਟੇ ਬਾਅਦ ਬਾਥਰੂਮ ਆਈ ਜਾਂਦਾ ਬੰਦਾ ਉੱਠਦਾ ਨਾਲ ਦੇ ਵੀ ਸੌ ਨਹੀਂ ਸਕਦੇ ਜੀ ਜੀ ਉਹ ਦਰਵਾਜ਼ਾ ਖੁੜ ਗਿਆ ਕਿਉਂਕਿ ਇੱਥੇ ਤਾਂ ਦੋ ਕਿ ਜਦੋਂ ਆਪਾਂ ਰੈਸਟੋਰੈਂਟ ਦਾ ਦਰਵਾਜ਼ਾ ਖੋਲਦੇ ਨਾਲ ਹੀ ਐਗਜ਼ੌਸਟ ਫੈਨ ਕਰ ਕਰਕੇ ਚੱਲ ਬੰਦਾ ਸਾਰੇ ਘਰ ਦੇ ਉੱਠ ਕੇ ਬਹਿ ਜਾਂਦੇ ਹੈਗੇ ਆ ਸੋ ਕਿ ਜਿਹੜੀ ਇਹ ਵਾਲੀ ਪ੍ਰੋਬਲਮ ਹੈ ਇਹ ਕੀ ਚੀਜ਼ ਹੈ ਕੀ ਹੈ ਕਿ ਬਾਰ ਬਾਰ ਪਿਸ਼ਾਬ ਕਿਉਂ ਆਈ ਜਾਂਦਾ ਰਹਿੰਦਾ ਹਾਂ ਜੀ ਇਹ ਓਵਰ 40 ਜਾਂ 50 ਜਾਂ ਫਿਰ ਹੋਰ ਜ਼ਿਆਦਾ ਜਿੰਨੀ ਉਮਰ ਵੱਧਦੀ ਹੈ ਉਹ ਜਿਸ ਤਰ੍ਹਾਂ ਪੰਜਾਬੀ 'ਚ ਕਹਿੰਦੇ ਨੇ ਉਹਨੂੰ ਹਦੂਦ ਦਾ ਪ੍ਰੋਬਲਮ ਹੋ ਜਾਂਦਾ ਜਿਸ ਤਰ੍ਹਾਂ ਸਵੈਲਿੰਗ ਹੋ ਜਾਂਦੀ ਹੈ ਹਦੂਦ ਪ੍ਰੋਸਟੇਟ ਗਲੈਂਡ ਓਕੇ ਜਿਹੜਾ ਕਿ ਉਹ ਸਵੈਲ ਹੋ ਜਾਂਦਾ ਹੈ ਔਰ ਉਹਦੀ ਵਜ੍ਹਾ ਨਾਲ ਫਿਰ ਤੁਹਾਨੂੰ ਫ੍ਰੀਕੁਐਂਸੀ ਪਿਸ਼ਾਬ ਦੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਕਿਉਂਕਿ ਉਹ ਪ੍ਰੋਸਟੇਟ ਗਲੈਂਡ ਜਿਹੜਾ ਉਹ ਬਲੈਡਰ ਨੂੰ ਟੱਚ ਕਰਦਾ ਔਰ ਬਲੈਡਰ ਜਿਹੜਾ ਅਜੇ ਫੁੱਲ ਨਹੀਂ ਹੋਇਆ ਹੁੰਦਾ ਲੇਕਿਨ ਤੁਹਾਨੂੰ ਫੀਲ ਹੁੰਦਾ ਕਿ ਪਿਸ਼ਾਬ ਕਰਨਾ ਹੁਣ ਜਾ ਕੇ ਤੁਸੀਂ ਥੋੜ੍ਹੀ ਦੇਰ ਕਰੋਗੇ ਪਿਸ਼ਾਬ ਉਹਦੇ ਬਾਅਦ ਕਿਉਂਕਿ ਬਲੈਡਰ ਫੁੱਲ ਨਹੀਂ ਹੈ
ਯੂਰਿਨ ਬਣ ਰਿਹਾ ਕਿਡਨੀ ਜਿਹੜੇ ਬਣਾ ਰਹੇ ਨੇ ਔਰ ਉਹ ਸਟੋਰ ਹੁੰਦਾ ਬਲੈਡਰ ਵਿੱਚ ਤੇ ਜਦੋਂ ਬਲੈਡਰ ਫੁੱਲ ਹੋ ਜਾਂਦਾ ਤੇ ਉਹ ਉਹਦੇ ਬਾਅਦ ਫਿਰ ਤੁਹਾਨੂੰ ਮਾਈਂਡ ਨੂੰ ਮੈਸੇਜ ਮਿਲਦਾ ਦਿਮਾਗ ਨੂੰ ਕਿ ਬਈ ਇਹਨੂੰ ਤੁਸੀਂ ਪਿਸ਼ਾਬ ਕਰੋ ਔਰ ਇੱਕ ਵਾਰੀ ਬੰਦਾ ਪਿਸ਼ਾਬ ਕਰਕੇ ਇੱਕ ਦੋ ਘੰਟੇ ਵਾਸਤੇ ਫਿਰ ਬਲੈਡਰ ਉਹ ਫਿਰ ਫੁੱਲ ਹੁੰਦਾ ਫਿਰ ਲੇਕਿਨ ਜਦੋਂ ਪ੍ਰੋਸਟੇਟ ਦਾ ਪ੍ਰੋਬਲਮ ਹੋ ਜਾਂਦਾ ਪ੍ਰੋਸਟੇਟ ਗਲੈਂਡ ਜਿਹੜਾ ਸਵੈਲਿੰਗ ਹੋ ਜਾਂਦੀ ਹੈ ਤੇ ਉਹਦੀ ਵਜ੍ਹਾ ਨਾਲ ਫਿਰ ਤੁਹਾਨੂੰ ਬਲੈਡਰ ਅਜੇ ਫੁੱਲ ਹੁੰਦਾ ਨਹੀਂ ਲੇਕਿਨ ਤੁਹਾਨੂੰ ਮੈਸੇਜ ਮਿਲ ਰਿਹਾ ਹੁੰਦਾ ਕਿ ਤੁਸੀਂ ਯੂਰੀਨ ਕਰਨਾ ਤੁਸੀਂ ਦੋ ਮਿੰਟ ਜਾ ਕੇ ਥੋੜ੍ਹਾ ਜਿਹਾ ਪਿਸ਼ਾਬ ਆਏਗਾ ਉਹਦੇ ਬਾਅਦ ਫਿਰ ਵਾਪਸ ਫਿਰ ਥੋੜ੍ਹੀ ਦੇਰ ਬਾਅਦ ਫਿਰ ਅਰਜ ਹੋਏਗੀ ਪਿਸ਼ਾਬ ਦੀ ਅਤੇ ਪ੍ਰੋਸਟੇਟ ਪ੍ਰੋਬਲਮ ਵਾਸਤੇ ਜਿਹੜਾ ਹੋਮਿਓਪੈਥਿਕ ਹਰਬਲ ਦਾ ਬਹੁਤ ਅੱਛਾ ਇਲਾਜ ਹੈ ਵੈਰੀ ਇਫੈਕਟਿਵ ਅੱਛਾ ਦੂਸਰੀ ਵਜ੍ਹਾ ਇਹ ਵੀ ਹੁੰਦੀ ਹੈ ਕਿ ਅਗਰ ਤੁਹਾਨੂੰ ਨਰਵਸ ਸਿਸਟਮ ਤੁਹਾਡਾ ਬਹੁਤ ਵੀਕ ਹੈ ਤੁਸੀਂ ਵਰੀ ਕਰ ਰਹੇ ਹੋ ਟੈਨਸ਼ਨ ਕਰ ਰਹੇ ਹੋ ਸਟ੍ਰੈਸ ਕਰ ਰਹੇ ਹੋ ਜਾਂ ਬਹੁਤ ਜ਼ਿਆਦਾ ਠੰਡ ਹੈ ਅਤੇ ਤੁਸੀਂ ਥੋੜ੍ਹਾ ਜਿਹਾ ਪਾਣੀ ਪੀਂਦੇ ਹੋ ਰਾਈਟ ਅਵੇ ਤੁਹਾਨੂੰ ਦਿਲ ਕਰਦਾ ਪਿਸ਼ਾਬ ਹੈ ਔਰਤਾਂ ਵਿੱਚ ਵੀ ਮਰਦਾਂ 'ਚ ਵੀ ਇਹ ਸਾਰਾ ਹੁੰਦਾ ਅਤੇ ਉਹਦੇ ਵਾਸਤੇ ਵੀ ਨਰਵਸ ਸਿਸਟਮ ਦਾ ਜਿਹੜਾ ਹੁਣ ਕਈ ਦਫ਼ਾ ਤੁਸੀਂ ਡਾਕਟਰ ਕੋਲ ਜਾਂਦੇ ਹੋ ਸਾਰਾ ਚੈੱਕ ਕਰਦੇ ਆ ਬਲੈਡਰ ਵੀ ਚੈੱਕ ਕਰਦੇ ਆ ਪ੍ਰੋਸਟੇਟ ਵੀ ਚੈੱਕ ਕਰਦੇ ਐਵਰੀਥਿੰਗ ਇਜ਼ ਓਕੇ ਬਟ ਸਟਿਲ ਤੁਹਾਡਾ ਜਿਹੜਾ ਉਹ ਯੂਰਿਨ ਦਾ ਪ੍ਰੋਬਲਮ ਹੋ ਰਿਹਾ ਅਤੇ ਉਹ ਹੁੰਦਾ ਵਰੀ ਦੀ ਵਜ੍ਹਾ ਨਾਲ ਸਟ੍ਰੈਸ ਦੀ ਵਜ੍ਹਾ ਨਾਲ ਅਗਰ ਤੁਹਾਡਾ ਮਾਇੰਡ ਰਿਲੈਕਸ ਨਹੀਂ ਹੈ ਵਰੀ ਸਮ ਮਤਲਬ ਬੰਦੇ ਤਬੀਅਤ ਹੈ ਅਤੇ ਉਹਦੇ ਵਾਸਤੇ ਹੋਮਿਓਪੈਥਿਕ ਅਸੀਂ ਨਰਵ ਟੋਨਿਕ ਦਿੰਦੇ ਹਾਂ ਅਸੀਂ ਵਜ੍ਹਾ ਨੂੰ ਦੇਖਦੇ ਹਾਂ ਕਿ ਬਈ ਕੀ ਮਤਲਬ ਇਹ ਪ੍ਰੋਬਲਮ ਅਗਰ ਹੋ ਰਿਹਾ ਤਾਂ ਉਹਦੀ ਵਜ੍ਹਾ ਕੀ ਹੈ ਉਹਨੂੰ ਠੀਕ ਕੀਤਾ ਜਾਏ ਰਾਈਟ 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 ਹੁਣ ਅਗਰ ਤੁਹਾਡੇ ਸਿਰ 'ਚ ਮੈਂ ਮਿਸਾਲ ਦਾਂਗਾ ਅਗਰ ਸਿਰ ਦਰਦ ਹੋ ਰਿਹਾ ਔਰ ਡਾਕਟਰ ਕੋਲ ਜਾਏਗਾ ਅਤੇ ਪੇਸ਼ੈਂਟ ਅਤੇ ਐਲੋਪੈਥਿਕ ਡਾਕਟਰ ਹੀ ਆ ਉਹ ਘਰ ਵੀ ਤੁਸੀਂ ਅਮੂਮਨ ਪੇਨ ਕਿਲਰ ਖਾ ਲੈਂਦੇ ਹੋ ਜੇ ਸਿਰ ਦਰਦ ਹੋ ਰਿਹਾ ਬਿਲਕੁਲ ਸਿਰ ਦਰਦ ਜਿਹੜਾ ਪ੍ਰੋਬਲਮ ਨਹੀਂ ਉਹ ਕਿਸੇ ਵਜ੍ਹਾ ਨਾਲ ਹੋ ਰਿਹਾ ਅਤੇ ਹੋਮਿਓਪੈਥਿਕ ਹਰਬਲ ਡਾਕਟਰ ਜਿਹੜਾ ਉਹ ਤੁਹਾਡਾ ਰੈਕਮੈਂਡ ਉਹ ਪੁੱਛੇਗਾ ਤੁਹਾਡੇ ਕੋਲ ਗੱਲਬਾਤ ਕਰਕੇ ਸਾਰਾ ਫਿਗਰ ਆਊਟ ਕਰੇਗਾ ਅਤੇ ਅਗਰ ਤੁਹਾਨੂੰ ਕਬਜ਼ ਹੈ ਕਾਂਸਟੀਪੇਸ਼ਨ ਹੈ ਤੁਹਾਨੂੰ ਤੁਸੀਂ ਲੈਟਰੀਨ ਦੋ ਦਿਨ ਦੇ ਲੈਟਰੀਨ ਨਹੀਂ ਜਾ ਰਹੇ ਜਾਂ ਪੂਰੀ ਤਰ੍ਹਾਂ ਖੁੱਲ੍ਹ ਕੇ ਲੈਟਰੀਨ ਨਹੀਂ ਆ ਰਹੀ ਅਤੇ ਉਹਦੇ ਨਾਲ ਤੁਹਾਡਾ ਜਿਹੜਾ ਸਾਰਾ ਬਾਡੀ ਜਿਹੜੀ ਹੈ ਸਟੈਂਸ ਹੋ ਜਾਂਦੀ ਹੈ ਅਤੇ ਉਹਦੇ ਨਾਲ ਵੀ ਦਰਦ ਹੁੰਦਾ ਤੁਹਾਨੂੰ ਜੀ ਅਤੇ ਅਗਰ ਅਸੀਂ ਉਹਨੂੰ ਦਵਾਈ ਕਬਜ਼ ਵਾਸਤੇ ਦਾਂਗੇ ਅਤੇ ਉਹ ਕਬਜ਼ ਦੀ ਦਵਾਈ ਲੈ ਕੇ ਉਹਦਾ ਸਟਮਕ ਠੀਕ ਹੋਏਗਾ ਅਤੇ ਉਹਦੇ ਨਾਲ ਉਹਦਾ ਸਿਰ ਦਰਦ ਠੀਕ ਹੋਏਗਾ ਓਕੇ ਨਾ ਕਿ ਪੇਨ ਕਿਲਰ ਰਾਈਟ 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 ਠੀਕ ਹੈ ਨਾ ਯਾ ਅੱਛਾ ਹੁਣ ਬਲੱਡ ਪ੍ਰੈਸ਼ਰ ਦੇ ਆ ਜਾਓ ਬਲੱਡ ਪ੍ਰੈਸ਼ਰ ਦੇ ਜਿਹੜਾ ਪ੍ਰੋਬਲਮ ਹੈ ਇੱਕ ਤਾਂ ਹੈਰੀਡੀਟਰੀ ਫੈਕਟਰ ਕਿ ਤੁਹਾਡੇ ਫਾਦਰ ਮਦਰ ਨੂੰ ਹੈ ਬਲੱਡ ਪ੍ਰੈਸ਼ਰ ਉਹਦੀ ਵਜ੍ਹਾ ਨਾਲ ਤੁਹਾਨੂੰ ਹੋ ਰਿਹਾ ਉਹ ਬਹੁਤ ਘੱਟ ਪਰਸੈਂਟੇਜ ਹੈ ਉਹ ਬਹੁਤ ਜ਼ਿਆਦਾ ਹਾਈ ਬਲੱਡ ਪ੍ਰੈਸ਼ਰ ਹੁੰਦਾ ਜਿਹਦੇ ਨਾਲ ਅਗਰ ਤੁਸੀਂ ਦਵਾਈ ਨਾ ਖਾਓ ਤਾਂ ਤੁਹਾਡੀ ਕਿਡਨੀ ਡੈਮੇਜ ਹੋ ਜਾਂਦੇ ਹੈ ਔਰ ਜਿਹੜਾ ਜ਼ਿਆਦਾਤਰ ਜਿਹੜਾ ਪ੍ਰੋਬਲਮ ਹੁੰਦਾ ਉਹ ਸਟ੍ਰੈਸ ਦੀ ਵਜ੍ਹਾ ਨਾਲ ਬਲੱਡ ਪ੍ਰੈਸ਼ਰ ਵੱਧਦਾ ਜਿਹੜਾ ਕਿ ਨਵੀਂ ਸਾਡੀ ਹੈ ਜਿਹੜੀ ਅੱਜ ਕੱਲ੍ਹ ਦੀ ਲਾਈਫ ਸਟਾਈਲ ਹੈ ਉਹਦੀ ਵਜ੍ਹਾ ਨਾਲ ਨੀਂਦ ਨਹੀਂ ਆ ਰਹੀ ਸਟ੍ਰੈਸ ਬਹੁਤ ਜ਼ਿਆਦਾ ਹੈ ਅਤੇ ਉਹਦੇ ਨਾਲ ਤੁਹਾਨੂੰ ਬਲੱਡ ਪ੍ਰੈਸ਼ਰ ਹੋ ਜਾਂਦਾ ਅਤੇ ਹੋਮਿਓਪੈਥਿਕ ਡਾਕਟਰ ਜਿਹੜਾ ਉਹ ਦਵਾਈ ਉਹਨੂੰ ਦੇਵੇਗਾ ਕਿ ਉਹਨੂੰ ਨੀਂਦ ਆਏ ਜੀ ਅਗਰ ਤੁਹਾਨੂੰ ਨੀਂਦ ਅੱਛੀ ਆਏਗੀ ਅਗਰ ਦਿਮਾਗ ਤੁਹਾਡਾ ਸੋਚ ਰਿਹਾ ਬਹੁਤ ਜ਼ਿਆਦਾ ਦਿਮਾਗ ਚੱਲ ਰਿਹਾ ਤੁਸੀਂ ਬਿਸਤਰ 'ਤੇ ਜਾਂਦੇ ਹੋ ਤੁਹਾਨੂੰ ਇੰਨੀਆਂ ਸੋਚਾਂ ਆ ਰਹੀਆਂ ਨੇ ਉਹ ਤੁਹਾਨੂੰ ਨੀਂਦ ਨਹੀਂ ਆ ਰਹੀ ਠੀਕ ਹੈ ਅਤੇ ਉਹਦੇ ਵਾਸਤੇ ਅਸੀਂ ਰੈਕਮੈਂਡ ਕਰਾਂਗੇ ਉਹਨਾਂ ਨੂੰ ਨਰਵ ਟੋਨਿਕ ਜਿਹਦੇ ਨਾਲ ਨੀਂਦ ਆਏ ਉਹਨਾਂ ਨੂੰ ਅਤੇ ਅਗਰ ਤੁਸੀਂ ਨੀਂਦ ਪੂਰੀ ਕਰੋਗੇ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਠੀਕ ਹੋ ਜਾਏਗਾ ਓਕੇ ਅਤੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀ ਵਜ੍ਹਾ ਨੂੰ ਅਸੀਂ ਟ੍ਰੀਟ ਕਰਨੇ ਆ ਨਾ ਕਿ ਤੁਹਾਨੂੰ ਇੱਥੇ ਦਰਦ ਹੈ ਗੋਡਿਆਂ ਦਾ ਦਰਦ ਹੈ ਪੇਨ ਕਿਲਰ ਦੇ ਦਿਉ ਹੁਣ ਅੱਜ ਤੁਸੀਂ ਪੇਨ ਕਿਲਰ ਖਾ ਲਿਆ ਰਾਈਟ ਲੇਕਿਨ ਅਗਰ ਉਹ ਤੁਸੀਂ ਫੀਲ ਨਹੀਂ ਕਰ ਰਹੇ ਪ੍ਰੋਬਲਮ ਉੱਥੇ ਹੀ ਹੈ ਰਾਈਟ ਤੁਹਾਡੀਆਂ ਹੱਡੀਆਂ ਕਮਜ਼ੋਰ ਨੇ ਤੁਹਾਡੀ ਇਨਫਲੇਮੇਸ਼ਨ ਹੈ ਬੋਨਸ ਜਿਹੜੀ ਹੈ ਡਿਟੀਰੀਏਟ ਹੋ ਰਹੀ ਹੈ ਜਾਂ ਸਰਕੂਲੇਸ਼ਨ ਦਾ ਪ੍ਰੋਬਲਮ ਹੈ ਤੁਹਾਨੂੰ ਠੰਡ ਲੱਗ ਰਹੀ ਹੈ ਲੱਤਾਂ 'ਚ ਰਾਈਟ ਠੀਕ ਹੈ ਨਾ ਅਤੇ ਉਹਦੀ ਵਜ੍ਹਾ ਨਾਲ ਤੁਹਾਨੂੰ ਦਰਦ ਹੋ ਰਿਹਾ ਲੇਕਿਨ ਪੇਨ ਕਿਲਰ ਖਾਣਾ ਜਿਹੜਾ ਉਹ ਹੱਲ ਨਹੀਂ ਹੈ ਕਿ ਤੁਸੀਂ ਉਹ ਫੀਲ ਨਹੀਂ ਕਰ ਰਹੇ ਰਾਈਟ ਪ੍ਰੋਬਲਮ ਉੱਥੇ ਹੀ ਹੈ ਰਾਈਟ ਰਾਈਟ ਹੋਮਿਓਪੈਥਿਕ ਹਰਬਲ 'ਚ ਅਸੀਂ ਉਹਨਾਂ ਨੂੰ ਜੁਆਇੰਟ ਫਾਰਮੂਲਾ ਰੈਕਮੈਂਡ ਕਰਦੇ ਹਾਂ ਅਗਰ ਬਲੱਡ ਸਰਕੂਲੇਸ਼ਨ ਦਾ ਪ੍ਰੋਬਲਮ ਹੈ ਤਾਂ ਉਹਨਾਂ ਨੂੰ ਸਰਕੂਲੇਸ਼ਨ ਵਾਸਤੇ ਹੋਮਿਓਪੈਥਿਕ ਦਵਾਈ ਰੈਕਮੈਂਡ ਕਰੀਦੀ ਹੈ ਜਾਂ ਉਹਨਾਂ ਨੂੰ ਗਾਊਟ ਹੈ ਜੇ ਯੂਰਿਕ ਐਸਿਡ ਵੱਜ ਜਾਂਦਾ ਉਹਦੀ ਵਜ੍ਹਾ ਨਾਲ ਦਰਦ ਹੋ ਰਿਹਾ ਅਤੇ ਫਿਰ ਯੂਰਿਕ ਐਸਿਡ ਦੀ ਦਵਾਈ ਦੇਈਦੀ ਹੈ ਰਾਈਟ ਰਾਈਟ ਜਾਂ ਫਿਰ ਗਠੀਆ ਦਾ ਜਿਹੜਾ ਦਰਦ ਹੈ ਬਹੁਤ ਜ਼ਿਆਦਾ ਸਵੈਲਿੰਗ ਹੋ ਜਾਂਦੇ ਨੇ ਜੋੜਾਂ 'ਚ ਰਾਈਟ ਅਗਰ ਉਹ ਪ੍ਰੋਬਲਮ ਹੈ ਤਾਂ ਉਹਦੇ ਵਾਸਤੇ ਦਵਾਈ ਦਿੱਤੀ ਜਾਂਦੀ ਹੈ ਤਾਂ ਕਿ ਉਹ ਪਰਮਾਨੈਂਟ ਸੋਲੂਸ਼ਨ ਹੋਵੇ ਪ੍ਰੋਬਲਮ ਦਾ ਨਾ ਕਿ ਤੁਸੀਂ ਸਵੇਰ ਉੱਠੋ ਤੇ ਗੋਲੀ ਖਾਓ ਤੇ ਗੋਲੀ ਖਾਓ ਤੇ ਗੋਲੀ ਖਾਓ ਤੇ ਚਾਰ ਮਤਲਬ ਜਿੰਨੀ ਗੈਸ ਵਾਲੇ ਓਨੀ ਗੱਡੀ ਚਲਾ ਲਓ ਹਾਂਜੀ ਸੋ ਦੋਸਤੋ ਸਾਡੀਆਂ ਜਿਹੜੀਆਂ ਫੋਨ ਦੀਆਂ ਲਾਈਨਾਂ ਆ ਉਹ ਖੁੱਲ੍ਹ ਚੁੱਕੀਆਂ ਹੈਗੀਆਂ ਆ ਤੁਸੀਂ ਜਿਹੜਾ ਨੰਬਰ ਵੇਖ ਰਹੇ ਹੋ ਉੱਥੇ ਤੁਸੀਂ ਲਾਈਵ ਕਾਲ ਕਰ ਸਕਦੇ ਹੈਗੇ ਆ ਲਾਈਵ ਸ਼ੋਅ ਹੈਗਾ ਆ ਕਈ ਵਾਰੀ ਇਹ ਹੁੰਦਾ ਕਿ ਮੌਸਮ ਖਰਾਬ ਹੋਵੇ ਤਾਂ ਡਾਕਟਰ ਸਾਹਿਬ ਜਦੋਂ ਨਹੀਂ ਆ ਪਾਉਂਦੇ ਹੈਗੇ ਮਗਰ ਹੁਣ ਮੌਸਮ ਵੀ ਸਹੀ ਹੈਗਾ ਤਾਂ ਉਸ ਵੇਲੇ ਹੁੰਦਾ ਕਿ ਅਸੀਂ ਕਈ ਵਾਰੀ ਰਿਕਾਰਡਡ ਪ੍ਰੋਗਰਾਮ ਜਿਹੜਾ ਹੈਗਾ ਉਹ ਰਿਪੀਟ ਕਰ ਦਈਦਾ ਤਾਂ ਕਿ ਤੁਸੀਂ ਜੋ ਪਿਛਲੇ ਹਫ਼ਤੇ 'ਚ ਕੋਈ ਪ੍ਰੋਗਰਾਮ ਚੱਲਿਆ ਉਹਦੇ
ਵਿੱਚ ਕੋਈ ਹੈ, ਮਗਰ ਅੱਜ ਕੱਲ੍ਹ ਲਾਈਵ ਬਿਲਕੁਲ ਜ਼ਿੰਦਾ ਪ੍ਰੋਗਰਾਮ ਚੱਲ ਰਿਹਾ ਹੈ, ਲਾਈਵ ਪ੍ਰੋਗਰਾਮ ਚੱਲ ਰਿਹਾ ਹੈਗਾ, ਤੁਸੀਂ ਕਾਲ ਕਰ ਸਕਦੇ ਹੈਗੇ। ਔਰ ਡਾਕਟਰ ਸਾਹਿਬ ਇੱਕ ਗੱਲ ਮੈਂ ਹੋਰ, ਸੋਰੀ ਤੁਹਾਨੂੰ ਕੱਟ ਕਰ ਰਿਹਾ, ਜਿਹੜਾ ਅਗਰ ਲਾਈਵ ਰਿਪੀਟ ਪ੍ਰੋਗਰਾਮ ਚੱਲ ਰਿਹਾ ਹੁੰਦਾ ਹੈ, ਹਾਂਜੀ ਹਾਂਜੀ, ਉਹਦੇ 'ਚ ਅਸੀਂ ਆਪਣਾ ਆਫਿਸ ਦਾ ਨੰਬਰ ਦੇ ਰਹੇ ਹੁੰਦੇ, ਹਾਂਜੀ, ਅਤੇ ਅਗਰ ਤੁਸੀਂ ਉੱਥੇ ਕਾਲ ਕਰੋ ਤਾਂ ਆਈ ਟੇਕ ਮਾਈ ਕਾਲ ਡਾਇਰੈਕਟਲੀ, ਔਰ ਜ਼ਿਆਦਾ ਬਹੁਤ ਲੋਕ ਨੇ ਜਿਹੜੇ ਕਿ ਕਾਲਾਂ ਕਰਦੇ ਔਰ ਡਾਇਰੈਕਟ ਮੇਰੇ ਨਾਲ ਗੱਲ ਹੁੰਦੀ ਹੈ, ਤੁਸੀਂ ਫੀਲ ਫਰੀ, ਜਿਹੜਾ ਸਕਰੀਨ 'ਤੇ ਨੰਬਰ ਆ ਰਿਹਾ ਉਹਦੇ 'ਤੇ ਕਾਲ ਕਰ ਲਿਆ ਕਰੋ ਜਦੋਂ ਵੀ ਪ੍ਰੋਗਰਾਮ ਚੱਲ ਰਿਹਾ ਹੋਵੇ, ਔਰ ਕੋਈ ਤੁਹਾਡਾ ਕੁਐਸਚਨ ਹੈ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ, ਔਰ ਉਸ ਟਾਈਮ ਮੈਂ ਆਫਿਸ 'ਚ ਹੁੰਦਾ ਕਿਉਂਕਿ ਅਗਰ ਬਿਜ਼ੀ ਹੋਈ ਤਾਂ ਬਹੁਤ ਜ਼ਿਆਦਾ ਤਾਂ ਫਿਰ ਪ੍ਰੋਗਰਾਮ ਕਰਨ ਆ ਨਹੀਂ ਸਕਦਾ ਬੰਦਾ, ਅਤੇ ਤੁਸੀਂ ਤੁਹਾਡੇ ਕੋਲ ਨੰਬਰ ਹੈ, ਕੋਈ ਗੱਲਬਾਤ ਕਰਨੀ ਹੈ, ਕੋਈ ਕੁਐਸਚਨ ਹੈ ਤਾਂ ਫੀਲ ਫਰੀ ਟੂ ਕਾਲ। ਫੀਲ ਫਰੀ ਜੀ, ਬਿਲਕੁਲ ਤੁਸੀਂ ਫਰੀ ਹੋ ਕੇ ਕਾਲ ਕਰ ਸਕਦੇ ਹੈਗੇ ਹਾਂ। ਡਾਕਟਰ ਸਾਹਿਬ, ਆਪਾਂ ਨੇ ਹੈ ਨਾ ਇੱਕ ਤੁਹਾਡੀ ਐਡਵਰਟਾਈਜ਼ਮੈਂਟ ਪੜ੍ਹੀ ਸੀਗੀ, ਉਹਦੇ 'ਤੇ ਲਿਖਿਆ ਸੀਗਾ ਉਹ ਕੀ ਕਹਿੰਦੇ ਹੁੰਦੇ ਆ, ਅਲਫਾ ਟੋਨਿਕ। ਹਾਂਜੀ, ਮੈਂ ਵੈਸੇ ਜਿਹੜੇ ਇੱਕ ਆਉਣਾ ਹੈ ਕਿ ਮੈਂ ਵੈਸੇ ਮੇਨ ਦੱਸ ਦਵਾਂ ਸਾਰੇ ਦਰਸ਼ਕਾਂ ਨੂੰ ਕਿ ਇੱਕ ਬਹੁਤ ਜ਼ਿਆਦਾ ਵੱਡੀ ਪ੍ਰੋਬਲਮ ਹੈਗੀ ਆ ਸਾਡੇ ਮਰਦਾਂ ਨੂੰ, ਆਦਮੀਆਂ ਨੂੰ, ਹੈ ਨਾ, ਉਹਦੇ ਬਾਰੇ ਵੀ ਗੱਲ ਕਰਾਂਗੇ। ਤੁਸੀਂ ਵੀ ਆਪਣੇ ਕੁਐਸਚਨ ਬਣਾ ਕੇ ਰੱਖੋ ਅਗਰ ਤੁਹਾਡੇ ਦਿਮਾਗ ਦੇ ਵਿੱਚ ਹੈਗਾ ਕਿ ਕੁਐਸਚਨ ਹੋ ਸਕਦਾ, ਤਾਂ ਉਦੋਂ ਤੱਕ ਲਈ ਮੈਂ ਡਾਕਟਰ ਸਾਹਿਬ ਕੋਲ ਪੁੱਛਣਾ ਚਾਹਾਂਗਾ ਕਿ ਜਿਹੜਾ ਅਲਫਾ ਟੋਨਿਕ ਜੀ, ਅਲਫਾ ਟਾਵਰ ਤਾਂ ਸੁਣਿਆ ਸੀ, ਅਲਫਾ ਟੋਨਿਕ ਜਿਹੜਾ ਤੁਸੀਂ ਬਣਾਇਆ ਉਹ ਕਿਹੜੀ ਕਿਹੜੀ ਚੀਜ਼ ਦੇ ਇਫੈਕਟ ਕਰਦਾ ਔਰ ਕਿਸ ਤਰੀਕੇ ਦਾ? ਅਲਫਾ ਟੋਨਿਕ ਹੋਮਿਓਪੈਥਿਕ 'ਚ, ਹਰਬਲ 'ਚ ਕਹਿ ਲਓ ਕਿ ਇੱਕ ਸਪਲੀਮੈਂਟ ਹੈ, ਮਤਲਬ ਆਲਮੋਸਟ ਟੋਨਿਕ ਦਾ ਮਤਲਬ ਹੁੰਦਾ ਕਿ ਤੁਹਾਡੀ ਬਾਡੀ ਨੂੰ ਟੋਨੀਫਾਈ ਕਰਦਾ, ਰਾਈਟ, ਸਾਰੇ ਫੰਕਸ਼ਨ ਨੂੰ ਠੀਕ ਕਰਦਾ ਜੀ ਜੀ, ਸਪੈਸ਼ਲੀ ਬੱਚਿਆਂ ਨੂੰ, ਔਰਤਾਂ ਨੂੰ, ਮਰਦਾਂ ਨੂੰ, ਮਤਲਬ ਅਗਰ ਅਲਫਾ ਟੋਨਿਕ ਅਗਰ ਉਹ ਬੰਦਾ ਇੱਕ ਚਮਚਾ ਸੁਬਹਾ ਦੁਪਹਿਰ ਸ਼ਾਮ ਪੀ ਲਏ ਤਾਂ ਉਹਦੇ ਨਾਲ ਕੀ ਹੁੰਦਾ ਕਿ ਉਹਦੇ ਤੁਹਾਡੀ ਜਿਹੜੀ ਹੈ ਸਟਮਕ ਪ੍ਰੋਬਲਮ, ਤੁਹਾਡੀ ਐਨਰਜੀ ਲੈਵਲ ਵੱਧਦਾ ਹੈ, ਤੁਹਾਡੇ ਅਗਰ ਤੁਸੀਂ ਬਲੱਡ ਦੀ ਕਮੀ ਹੈ ਐਨੀਮਿਕ ਹੋ, ਤੁਸੀਂ ਉਹਦੇ 'ਚ ਹੈਲਪ ਕਰਦਾ, ਔਰ ਬੱਚਿਆਂ ਨੂੰ ਸਪੈਸ਼ਲੀ ਖਾਂਦੇ ਪੀਂਦੇ ਨਹੀਂ, ਭੁੱਖ ਨਹੀਂ ਲੱਗਦੀ, ਜਾਂ ਉਹਨਾਂ ਨੂੰ ਕਾਂਸਟੀਪੇਸ਼ਨ ਹੋ ਜਾਂਦੀ ਹੈ, ਜਾਂ ਔਰਤਾਂ ਨੂੰ ਐਨੀਮਿਕ ਹੋ ਜਾਂਦੀਆਂ ਨੇ, ਬਲੱਡ ਦੀ ਕਮੀ ਹੁੰਦੀ ਹੈ, ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਹੈ, ਐਨਰਜੀ ਲੈਵਲ ਵਾਸਤੇ ਬਹੁਤ ਅੱਛਾ ਹੈ, ਛੋਟੇ ਬੱਚਿਆਂ ਨੂੰ ਵੀ ਦੇ ਸਕਦੇ ਹੋ, ਵੱਡਿਆਂ ਨੂੰ ਵੀ, ਬਜ਼ੁਰਗਾਂ ਨੂੰ ਵੀ ਦੇ ਸਕਦੇ ਹੋ ਜੀ, ਬਜਾਏ ਦੂਜੇ ਮਲਟੀਵਾਈਟਾਮਿਨ ਲੈਣੇ ਦੇ, ਤੁਸੀਂ ਅਗਰ ਅਲਫਾ ਟੋਨਿਕ ਲਓ ਤਾਂ ਬਹੁਤ ਹੀ ਇਫੈਕਟਿਵ ਚੀਜ਼ ਹੈ, ਔਰ ਜਿਹੜੇ ਲੋਕ ਹੋਮਿਓਪੈਥਿਕ ਜਾਣਦੇ ਨੇ ਉਹ ਹਮੇਸ਼ਾ ਇਹਨੂੰ ਐਜ਼ ਏ ਵਿਟਾਮਿਨ ਦੇ ਤੌਰ 'ਤੇ ਯੂਜ਼ ਕਰਦੇ ਆ, ਔਰ ਬੱਚੇ ਬੜੇ ਸ਼ੌਕ ਨਾਲ ਪੀਂਦੇ ਆ, ਇਹਦਾ ਟੇਸਟ ਵੀ ਬੜਾ ਅੱਛਾ ਹੁੰਦਾ ਜੀ, ਔਰ ਇਜ਼ ਵੈਰੀ ਗੁੱਡ ਫਾਰ ਹੋਲ ਬਾਡੀ, ਹੋਲ ਬਾਡੀ ਫੰਕਸ਼ਨ। ਸੋ ਇਹਦੇ ਨਾਲ ਹੀ ਇੱਕ ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਜੁਆਇੰਟਸ ਔਰ ਹਾਰਟ ਜੀ, ਵੈਲੰਟਾਈਨ ਡੇ ਆ ਰਿਹਾ ਹੈਗਾ ਔਰ ਹਾਰਟ ਜਿਹੜਾ ਬੰਦੇ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਜੀ, ਬਿਲਕੁਲ, ਵੈਲੰਟਾਈਨ ਦੇ ਉੱਤੇ ਹੈਪੀ ਵੈਲੰਟਾਈਨ, ਸੋ ਦਿਲ ਦੀਆਂ ਹੀ ਗੱਲਾਂ ਹੁੰਦੀਆਂ ਹੈਗੀਆਂ ਸਾਰੀਆਂ। ਹਾਂਜੀ, ਸੋ ਮੈਂ ਵੀ ਚਾਹਾਂਗਾ ਸਾਡੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਲ ਦੀ ਗੱਲ ਜ਼ਰੂਰ ਕਰੀਏ ਕਿ ਇੱਕ ਤੁਹਾਡਾ ਬੜਾ ਫੇਮਸ ਹੈਗਾ ਜੁਆਇੰਟ ਫਾਰਮੂਲਾ ਔਰ ਹਾਰਟ ਦੇ ਉੱਤੇ ਪ੍ਰੋ ਹਾਰਟ ਵਟ ਐਵਰ ਦੈਟ, ਉਹ ਵੀ ਪ੍ਰੋ ਹਾਰਟ ਵੀ ਇੱਕ ਸੀਰਪ ਹੈ, ਹਨੀ ਜਿੰਜਰ ਗਾਰਲਿਕ ਵਗੈਰਾ ਦਾ ਬਣਿਆ ਹੁੰਦਾ ਹੈ, ਔਰ ਹਾਰਟ ਵਾਸਤੇ ਬਹੁਤ ਹੀ ਇਫੈਕਟਿਵ ਚੀਜ਼ ਹੈ ਉਹ ਜੀ, ਬਹੁਤ ਜ਼ਿਆਦਾ ਜੀ ਜੀ, ਕਿਉਂਕਿ ਹਾਰਟ ਜਿਹੜਾ ਹੈ ਤੁਹਾਡਾ ਮੇਨ ਔਰਗਨ ਹੈ ਜਿਹੜਾ ਕਿ ਤੁਹਾਡਾ ਪੰਪ ਦੇ ਤੌਰ 'ਤੇ ਕੰਮ ਕਰਦਾ ਹੈ, ਪੂਰੀ ਸਰੀਰ ਨੂੰ ਬਲੱਡ ਪਹੁੰਚਾਉਂਦਾ ਜੀ, ਅਗਰ ਹਾਰਟ ਦੇ ਮਸਲ ਜਿਹੜੇ ਹੈ ਉਹਦੇ ਜਿਹੜੇ ਹਾਰਟ ਦੇ ਅੰਦਰ ਜਿਹੜੀ ਲਾਈਨਾਂ ਨੇ ਅਗਰ ਉਹ ਬਲੌਕ ਹੋ ਜਾਂਦੀਆਂ ਨੇ, ਤੁਸੀਂ ਕਾਲ ਲੈਣਾ ਚਾਹੁੰਦੇ ਹੋ, ਕਾਲ ਆ ਗਈ ਹੈਗੀ ਤਾਂ ਲੈ ਲਈਏ। ਹੈਲੋ ਜੀ, ਤੁਹਾਡਾ ਨਿੱਘਾ ਸਵਾਗਤ ਹੈ ਜੀ। ਹਾਂਜੀ, ਇੱਕ ਸਟੂਡੀਓ ਦਾ ਨੀ, ਦੂਜਾ ਨੰਬਰ ਹੈ ਜਿਹੜਾ ਲਾਈਨ ਜਿਹੜਾ ਆ ਰਿਹਾ ਨਾ 3600 ਨੰਬਰ ਜਿਹੜਾ ਨਾ ਇਹਦੇ ਤੇ ਨੰਬਰ ਕਾਲ ਕਰਕੇ ਛੱਡ ਦੋ ਮੈਸੇਜ, ਠੀਕ ਹੈ? ਹਾਂਜੀ ਜੀ, ਮੈਂ ਧਮਾਨ ਸਾਹਿਬ ਆ, ਇਹ ਡਾਕਟਰ ਇਫਤਖਾਰ ਚੌਧਰੀ ਹੈ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਛਾ, ਮੈਂ ਧਮਾਨ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਥੋੜੀ ਦੇਰ ਬਾਅਦ, ਮੈਂ ਫਗਵਾੜੇ ਦਾ, ਮੈਂ ਉਹਨੇ ਕਰਦਾ ਗੱਲ। ਅੱਛਾ ਜੀ, ਮਹਾਰਾਜ, ਓਕੇ ਓਕੇ, ਠੀਕ ਹੈ, ਓਕੇ ਜੀ, ਥੈਂਕ ਯੂ ਜੀ। ਮੈਂ ਰਮੇਸ਼ ਧਮਾਨ ਹੋਣਾ ਇੱਕ ਖਾਸ ਦੋਸਤ ਹੈ। ਹਾਂਜੀ, ਕੋਈ ਨਹੀਂ, ਕੋਈ ਨਾਲ ਗੱਲ ਕਰ ਲਾਂਗੇ ਜੀ, ਓਕੇ ਜੀ, ਥੈਂਕ ਯੂ ਜੀ। ਹਾਂਜੀ ਹਾਂਜੀ, ਵਾਹ ਜੀ ਵਾਹ, ਤਾਂ ਪਕੌੜੇ ਦੀ ਗੱਲ ਹੋ ਗਈ ਹੈ। ਇਹਦੇ ਪੈਸੇ ਦੇਖੋ ਜੀ, ਜਿੱਦਾਂ ਹੋਮਿਓਪੈਥੀ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਕਿ ਜਿਸ ਤਰ੍ਹਾਂ ਸਾਡੇ ਪਿਛੋਕੜ ਤੋਂ ਸਾਡੇ ਬਜ਼ੁਰਗਾਂ ਨੇ ਜੋ ਫਾਰਮੂਲੇ ਲੱਭੇ ਹੈਗੇ ਆ, ਉਹਦੇ ਨਾਲ ਅਸੀਂ ਅੱਗੇ ਚੱਲ ਕੇ ਆਏ ਹੈਗੇ ਹਾਂ, ਮਗਰ ਉਹਦੇ ਵਿੱਚ ਇਹ ਹੈ ਕਿ ਮੇਰੇ ਖਿਆਲ ਜਿਹੜੇ ਅਸੀਂ ਕਈ ਘਰੇਲੂ ਦਵਾਈਆਂ ਇਸਤੇਮਾਲ ਕਰ ਲੈਂਦੇ ਹੈਗੇ ਹਾਂ, ਉਹਦੇ ਲਈ ਵੀ ਮੇਰੇ ਖਿਆਲ ਜ਼ਰੂਰੀ ਹੈ ਕਿ ਡਾਕਟਰ ਸਾਹਿਬ ਨਾਲ, ਡਾਕਟਰਸ ਦੇ ਨਾਲ, ਆਪਣੇ ਆਪਣੇ ਡਾਕਟਰ ਦੇ ਨਾਲ ਰਾਬਤਾ ਜ਼ਰੂਰ ਕਾਇਮ ਕਰਨਾ ਚਾਹੀਦਾ ਹੈਗਾ,
उस तो बाद ही कोई दवाई जी है इस्तेमाल करना शुरू करना चाहिए। देखो अपना बॉडी का जो फंक्शन है ना, बॉडी एक मशीन के तौर पर है साड़ी, ठीक है, वह टेक केयर करो जी ताकि बीमारी ना हो ना। हाँ जी, मतलब बहुत घट परसेंटेज है जी के बीमारियां ने जड़ियाँ के कोई कंट्रोल नहीं, मतलब तुहाडे बारी हो जाती है। राइट राइट, कोई इन्फेक्शन हो गया कि थ्रू मिल गया कुछ इस तरह, लेकिन अजकल दी लाइफ स्टाइल विच 90% प्रॉब्लम जड़े ने मेडिकल प्रॉब्लम बंदिया नू वो मैं पंजाबी च कहना कि अपने करतूतों की वजह नाल ने जी, ठीक है। और तुसी अपनी बॉडी का अगर टेक केयर कर दे हो, फोन हाँ जी फोन भी है बॉडी से टेक केयर बाद गल कर लेंगे। हेलो, हाँ जी तुहाडा निघा स्वागत है जी। सत श्रीकाल जी, मैं डॉक्टर चौधरी साहब ਨਾਲ ਗੱਲ ਕਰ ਸਕਦਾ? ਡੈਫੀਨਿਟਲੀ ਗੱਲ ਕਰੋ ਜੀ। ਸਤਿ ਸ੍ਰੀ ਅਕਾਲ ਜੀ, ਕੀ ਕੁਐਸਚਨ ਹੈ ਤੁਹਾਡਾ? ਮੇਰਾ ਕੁਐਸਚਨ ਲਿਵਰ ਵਾਸਤੇ ਹੈ ਜੀ। ਹਾਂ ਜੀ ਬੋਲੋ। ਹਾਂ ਜੀ ਲਾਈਵ ਹੈ? ਹਾਂ ਜੀ ਹਾਂ ਜੀ ਹਾਂ ਜੀ ਲਾਈਵ ਹੈ ਜੀ। ਹਾਂ ਜੀ ਹਾਂ ਜੀ ਹਾਂ ਜੀ ਓਕੇ। ਮੈਂ ਗੱਲ ਕਰਨੀ ਸੀ, ਮੇਰਾ ਜਿੱਦਾਂ ਲਿਵਰ ਹੈਗਾ ਫੈਟੀ ਲਿਵਰ ਦੇ ਵਾਸਤੇ ਕੋਈ ਮੈਡੀਸਨ ਹੈਗੀ ਹੈ? ਜੀ ਬਿਲਕੁਲ ਹੈ, ਹੋਮਿਓਪੈਥਿਕ ਵਿੱਚ ਬਹੁਤ ਅੱਛਾ ਫਾਰਮੂਲਾ ਲਿਵਰ ਫਾਰਮੂਲਾ, ਠੀਕ ਹੈ, ਉਹਦੇ ਦੇਸੀ ਜੜੀ ਬੂਟੀਆਂ ਦਾ ਹੁੰਦਾ ਹੈ ਟੈਬਲੇਟ। ਔਰ ਅੱਛਾ, ਤੁਹਾਡਾ ਪੂਰਾ ਓਵਰਆਲ ਬਾਡੀ ਵੇਟ ਵੀ ਜ਼ਿਆਦਾ ਹੈ ਕਿ ਸਿਰਫ ਲਿਵਰ ਹੀ ਫੈਟੀ ਹੈ? ਇਹ ਮੇਰਾ 162 ਪਾਉਂਡ ਹੈ। ਔਰ ਹਾਈਟ? 62 ਪਾਉਂਡ। ਹਾਈਟ ਕਿੰਨੀ ਹੈ? ਹਾਈਟ ਮੇਰੀ ਹੈਗੀ ਆ 5.9। ਹਾਂ ਤੇ ਦੈਟਸ ਗੁੱਡ। ਹਾਂਜੀ ਵੇਟ ਤੇ ਤੁਹਾਡਾ ਠੀਕ ਹੈ। ਔਰ ਫੈਟੀ ਲਿਵਰ ਤੇ ਸਾਡੇ ਦੇਸੀਆਂ ਲੋਕਾਂ ਦਾ ਸਾਰਿਆਂ ਦਾ ਹੀ ਤਕਰੀਬਨ, ਜਿਸ ਤਰ੍ਹਾਂ ਬਾਡੀ ਫੈਟ ਹੋ ਜਾਂਦੀ ਹੈ ਤੇ ਲਿਵਰ ਵੀ ਫੈਟ ਹੋ ਜਾਂਦਾ ਹੈ, ਤੇ ਉਹਦੇ ਵਜ੍ਹਾ ਨਾਲ ਉਹਦਾ ਫੰਕਸ਼ਨ ਜਿਹੜਾ ਉਹ ਮਤਲਬ ਇਫੈਕਟ ਹੁੰਦਾ, ਤੇ ਉਹਦੇ ਵਾਸਤੇ ਤੁਸੀਂ ਜੀ। ਐਕਚੁਅਲੀ ਮੈਂ ਜਤਿੰਦਰਪਾਲ ਬੋਲਦਾ, ਮੈਂ ਤੁਹਾਨੂੰ ਅੱਗੇ ਮੈਡੀਸਨ ਲਿਖਣਾ। ਜੀ ਜੀ ਅੱਛਾ ਠੀਕ ਹੈ, ਸਰੀ ਤੋਂ ਬੋਲਦਾ ਕੈਨੇਡਾ ਤੋਂ। ਅੱਛਾ ਅੱਛਾ ਠੀਕ ਹੈ, ਤੇ ਤੁਸੀਂ ਇੱਕ ਲਿਵਰ ਫਾਰਮੂਲਾ ਔਰ ਇੱਕ ਹੋਮਿਓਪੈਥਿਕ ਦਾ ਹਿਪੈਟਿਕ ਫਾਰਮੂਲਾ ਹਿਪੈਟਿਸਾਨ ਦੇ ਨਾਂ ਤੇ ਹੈ, ਉਹ ਵੀ ਲਿਵਰ ਵਾਸਤੇ ਹੈ, ਤੇ ਇਹ ਦੋ ਤੁਸੀਂ ਮੈਡੀਸਨ ਜਿਹੜੀਆਂ ਨੇ ਆਪਣੇ ਸਾਡੇ ਨੰਬਰ ਤੇ ਕਾਲ ਕਰਕੇ ਮੰਗਾ ਲਓ ਔਰ ਇਹ ਸ਼ੁਰੂ ਕਰੋ, ਔਰ ਤਕਰੀਬਨ 3 to 6 ਮਹੀਨੇ ਖਾ ਕੇ ਫਿਰ ਦੁਬਾਰਾ ਤੁਸੀਂ ਅਲਟਰਾਸਾਊਂਡ ਕਰਾਓਗੇ ਤੇ ਪਤਾ ਲੱਗੇਗਾ ਤੁਹਾਨੂੰ ਕਿ ਬਈ ਕਿੰਨਾ ਫੈਟ ਰੇਂਜ ਘਟਿਆ। ਠੀਕ ਹੈ ਜੀ? ਹਾਂਜੀ ਥੈਂਕ ਯੂ। ਮੈਂ ਤਾਂ ਤੋਂ ਯੂਥ ਫਾਰਮੂਲਾ ਮੰਗਾਉਣਾ ਹੁੰਦਾ ਬਹੁਤ। ਜੀ ਜੀ ਅੱਛਾ ਅੱਛਾ ਥੈਂਕ ਯੂ ਜੀ ਥੈਂਕ ਯੂ। ਜਿਤੇਂਦਰ ਜੀ ਤੁਹਾਡੇ ਜੀ ਹਾਂਜੀ ਜਿਤੇਂਦਰ ਜੀ ਤੁਹਾਡੇ ਮੌਸਮ ਕਿਦਾਂ, ਠੰਡ ਕਿੰਨੀ ਪੈ ਰਹੀ ਹੈ ਇੱਥੇ? ਠੰਡ ਤੇ ਇਹਨਾਂ ਨੇ ਇੱਥੇ ਭੇਜ ਦਿੱਤੀ ਹੋਮਿਓਪੈਥਿਕ ਹਰਬਲ ਚ ਬਹੁਤ ਅੱਛੀਆਂ ਮਤਲਬ ਸਪਲੀਮੈਂਟ ਵੀ ਹੈ, ਮੈਡੀਸਨਸ ਵੀ ਨੇ ਜਿਹੜੇ ਕਿ ਤੁਹਾਡੀ ਬੋਡੀ ਨੂੰ ਪ੍ਰੀਵੈਂਟ ਕਰਦੇ ਆ ਪ੍ਰੋਬਲਮਾਂ ਤੋਂ ਮਤਲਬ ਹੋਣ ਤੋਂ। ਰਾਈਟ, ਔਰ ਉਹਦੇ 'ਚ ਹਾਰਮੋਨ ਪ੍ਰੋਬਲਮ ਇੱਕ ਐਸਾ ਕਿ ਉਮਰ ਦੇ ਲਿਹਾਜ਼ ਨਾਲ ਤੁਹਾਡੇ ਹਾਰਮੋਨਸ ਘੱਟਦੇ ਹੈ। ਓਕੇ, ਜਦੋਂ ਬੱਚਾ ਪੈਦਾ ਹੁੰਦਾ ਤਾਂ ਸਭ ਤੋਂ ਜ਼ਿਆਦਾ ਹਾਰਮੋਨ ਹੁੰਦੇ ਉਹਦੇ 'ਚ। ਰਾਈਟ, ਔਰ ਜਦੋਂ ਉਮਰ ਵੱਧਦੀ ਜਾਂਦੀ ਹੈ ਫਿਰ ਹਾਰਮੋਨ ਦੀ ਕੁਆਂਟਿਟੀ ਉਹਦੀ ਘਟਾਉਂਦੀ ਘੱਟਦੀ ਜਾਂਦੀ ਹੈ, ਬੋਡੀ ਇੰਨੇ ਪ੍ਰੋਡਿਊਸ ਨਹੀਂ ਕਰਦੀ। ਅੱਛਾ, ਐਲੋਪੈਥਿਕ 'ਚ ਜਿਹੜੇ ਡਾਕਟਰ ਤੁਹਾਨੂੰ ਇੰਜੈਕਸ਼ਨ ਦਿੰਦੇ ਹੈ, ਅਗਰ ਕੋਈ ਹਾਰਮੋਨ ਘੱਟ ਗਿਆ ਤਾਂ ਉਹਦਾ ਇੰਜੈਕਸ਼ਨ ਦੇ ਦਿੰਦੇ ਹੈ। ਰਾਈਟ, ਉਹ ਤੁਹਾਡਾ ਵਕਤੀ ਤੌਰ 'ਤੇ ਕੰਮ ਚਲਾ ਦਿੰਦਾ, ਉਹਦੇ ਬਾਅਦ ਫਿਰ ਉਹਦੇ ਉਨੇ ਸਾਈਡ ਇਫੈਕਟ ਵੀ ਹੁੰਦੇ ਆ। ਲੇਕਿਨ ਹੋਮਿਓਪੈਥਿਕ ਜਿਸ ਤਰ੍ਹਾਂ ਹਰਬਲ 'ਚ ਯੂਥ ਫਾਰਮੂਲੇ ਦੀ ਗੱਲ ਕਰਦੇ, ਯੂਥ ਫਾਰਮੂਲੇ ਦੀ ਗੱਲ ਕਰਦੇ, ਕਾਲ ਆ ਗਈ ਹੈਗੀ ਆ। ਹੈਲੋ ਹੈਲੋ, ਹਾਂਜੀ ਡਾਕਟਰ ਸਾਹਿਬ ਨਾਲ ਗੱਲ ਕਰਾਓ। ਬਿਲਕੁਲ ਜੀ, ਕਰੋ ਜੀ, ਕਰੋ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਗੱਲ ਕਰੋ ਜੀ। ਤੁਸੀਂ ਨਾ ਫੋਨ ਦੇ ਉੱਤੇ ਗੱਲ ਸੁਣੋ, ਟੀ ਵੀ ਵੱਲ ਨਾ ਦੇਖੋ, ਟੀ ਵੀ 'ਤੇ ਨਾ ਆਵਾਜ਼ ਸੁਣੋ, ਫੋਨ 'ਤੇ ਆਵਾਜ਼ ਸੁਣੋ, ਡਿਲੇ ਹੁੰਦੀ ਹੈ, ਤੁਸੀਂ ਗੱਲ ਕਰੋ, ਕੀ ਕਹਿਣਾ ਚਾਹੁੰਦੇ ਆ? ਤੁਹਾਡੀ ਜਦੋਂ ਤੁਸੀਂ ਟੀਵੀ ਤੇ ਦੇਖਦੇ ਆ ਸਾਡਾ ਮੂੰਹ ਬਾਅਦ ਚ ਹਿਲਦਾ ਆ, ਪਹਿਲਾਂ ਆਵਾਜ਼ ਆਉਂਦੀ ਆ, ਤੁਸੀਂ ਸਿਰਫ ਫੋਨ ਦੇ ਉੱਤੇ ਗੱਲ ਕਰੋ, ਫੋਨ ਤੇ ਆਵਾਜ਼ ਸੁਣੋ, ਫੋਨ ਤੇ ਗੱਲ ਕਰੋ ਤੁਸੀਂ।
अच्छा हाँ जी हाँ जी करो जी बोलो तुसीं की कहने डॉक्टर साहब नूं। मैं टोरंटो से बोल रहा जी, मेरी उम्र 82 साल है। जी जी बहुत ही अच्छा। हाँ जी हाँ जी। सिर्फ मैंने और कोई प्रॉब्लम जिंदगी च नहीं हुई जी, सिर्फ हथा च ना कई बारी जैसे सुनी हो जानी है, बाकी तो सारा ठीक है। अच्छा ओके। जी चलने चलने जिन्ना मर्जी चलो, मैं चलू ना चलू मैं कोई प्रॉब्लम ही पैंदी, जे मैं 15 दिन ना भी चलू जी, उसके बाद एक महीने बाद भी चलू ना, तब भी मैं आसानी ना 5-4 मील चल सकता हूँ। अच्छा ते हथां च की होंदा है? प्रॉब्लम यही है, हथां च की प्रॉब्लम है तुहानू मैं समझिया नहीं, कि सौंदे ने हथ? आहो मतलब ज्यादा नहीं, कदी कदी सुनी मैं उन्हूं स्ट्रेच कर लैंदा ना फिर ठीक हो जांदे, पर कदी रहिंदी है कदी कदी। अच्छा ठीक है, ते ओदे वास्ते तुसीं ना होम्योपैथिक दा एक ते अल्फा टॉनिक है और ਇਹ ਟੋਨਿਕ ਟਾਈਪ ਚੀਜ਼ਾਂ ਨੇ ਜਿਹੜੀਆਂ ਕਿ ਤੁਹਾਡੀ ਬਲੱਡ ਸਰਕੂਲੇਸ਼ਨ ਵਾਸਤੇ, ਤੁਹਾਡੀਆਂ ਹੱਡੀਆਂ ਨੂੰ ਮਸਲਸ ਨੂੰ ਸਟਰੋਂਗ ਕਰਨ ਵਾਸਤੇ, ਅਤੇ ਉਹ ਤੁਸੀਂ ਮੰਗਾ ਲਓ ਇੱਕ, ਤਾਂ ਜੁਆਇੰਟ ਫਾਰਮੂਲਾ ਔਰ ਇੱਕ ਅਲਫਾ ਟੋਨਿਕ, ਇਹ ਪੀਣਾ ਸ਼ੁਰੂ ਕਰੋ ਤੁਸੀਂ, ਠੀਕ ਹੈ ਜੀ? ਹਾਂਜੀ। ਜੁਆਇੰਟ ਫਾਰਮੂਲਾ ਕਿਸ ਲਈ? ਇਹ ਹੱਡੀਆਂ ਔਰ ਮਸਲਸ ਵਾਸਤੇ, ਔਰ ਅਲਫਾ ਟੋਨਿਕ ਜਿਹੜਾ ਤੁਹਾਡਾ ਜਨਰਲ ਸਰੀਰ ਨੂੰ ਤਾਕਤ ਦੇਣ ਵਾਸਤੇ, ਬਲੱਡ ਸਰਕੂਲੇਸ਼ਨ ਵਾਸਤੇ। ਇਹ ਤੁਹਾਨੂੰ ਸਾਹ ਵੀ ਫੁੱਲਦਾ ਥੋੜ੍ਹਾ, ਤੁਸੀਂ ਵਾਕ ਕਰਦੇ ਹੋ ਤਾਂ? ਨਹੀਂ 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 ਕੋਈ ਐਸੀ ਕੋਈ ਪ੍ਰੋਬਲਮ ਨਹੀਂ ਹੈ। ਚਲੋ ਬਲੀਵ ਕਰੋਗੇ, ਮੈਂ ਕਦੇ ਬਿਮਾਰ ਵੀ ਨਹੀਂ ਹੁੰਦਾ। ਚਲੋ ਬਹੁਤ ਅੱਛਾ, ਅੱਲਾ ਤੁਹਾਡੀ ਜ਼ਿੰਦਗੀ ਦੇ ਔਰ ਕਮਜ਼ੋਰ ਹੋ ਰਹੀ ਹੈ ਸਰਕੂਲੇਸ਼ਨ ਦੀ ਵਜ੍ਹਾ ਨਾਲ, ਔਰ ਇਹ ਜਿਹੜੇ ਹੱਥ ਪੈਰ ਸੌਂਦੇ ਨੇ ਤੇ ਉਹਦੇ ਵਾਸਤੇ ਤੁਸੀਂ ਐਜ਼ ਏ ਵਿਟਾਮਿਨ ਦੇ ਤੌਰ ਤੇ ਡੇਲੀ ਬੇਸਿਸ ਤੇ ਖਾਣਾ ਸ਼ੁਰੂ ਉਂਗਲੀਆਂ ਦੀ ਹੈ। ਉਹੀ ਗੱਲ ਹੈ ਨਾ, ਮਤਲਬ ਸਾਰੇ ਸਰੀਰ ਨੂੰ ਕੋਈ ਜ਼ਰੂਰੀ ਨਹੀਂ ਹੁੰਦੀ ਕਿ ਪੂਰੇ ਸਰੀਰ 'ਚ ਹੀ ਤੁਹਾਨੂੰ ਪ੍ਰੋਬਲਮ ਹੋਵੇ, ਸਮਝ ਗਏ? ਹਾਂਜੀ ਅੱਛਾ, ਤੁਸੀਂ ਨੰਬਰ 'ਤੇ ਕਾਲ ਕਰ ਲੈਣਾ ਸਾਡੇ ਆਫਿਸ, ਠੀਕ ਹੈ ਜੀ? ਥੈਂਕ ਯੂ। ਥੈਂਕ ਯੂ ਜੀ। ਓਕੇ ਜੀ। ਸੋ ਕਈ ਵਾਰੀ ਇਹ ਹੁੰਦਾ ਹੈ ਕਿ ਮੈਂ ਇੱਕ ਜ਼ਰੂਰ ਵਿੱਚੋਂ ਇਹ ਟੈਕਨੀਕਲ ਚੀਜ਼ ਦੱਸ ਦੇਵਾਂ ਕਿ ਜਦੋਂ ਤੁਸੀਂ ਕਾਲ ਮਿਲਾਉਂਦੇ ਹਾਂ ਔਰ ਤੁਹਾਡੀ ਕਾਲ ਮਿਲ ਜਾਂਦੀ ਹੈ, ਅਸੀਂ ਤੁਹਾਨੂੰ ਹੈਲੋ ਕਹਿ ਦਿੰਦੇ ਹੈਗੇ ਹਾਂ ਕਿਉਂਕਿ ਫੋਨ ਦੇ ਉੱਤੇ ਆ ਕੇ ਕਈ ਵਾਰੀ ਤੁਹਾਨੂੰ ਅਸੀਂ ਹੋਲਡ 'ਤੇ ਫੋਨ ਪਿਆਇਆ ਹੁੰਦਾ ਹੈਗਾ, ਉਸ ਵੇਲੇ ਤੁਸੀਂ ਸਿਰਫ ਅਤੇ ਸਿਰਫ ਫੋਨ 'ਤੇ ਹੀ ਗੱਲ ਕਰੋ, ਟੈਲੀਵਿਜ਼ਨ ਵੱਲ ਮਤ ਦੇਖਿਓ, ਕਿਉਂਕਿ ਜਦੋਂ ਤੁਹਾਡੇ ਤੱਕ ਸਾਡਾ ਸਿਗਨਲ ਪਹੁੰਚਦਾ ਹੈਗਾ ਟੈਲੀਵਿਜ਼ਨ ਰਾਹੀਂ, ਉਹ ਥੋੜ੍ਹਾ ਜਿਹਾ ਡਿਲੇ ਹੁੰਦਾ ਹੈ, ਇਸ ਕਰਕੇ ਕਈ ਵਾਰ ਲੱਗਦਾ ਕਿ ਅਸੀਂ ਲਾਈਵ ਨਹੀਂ ਗੱਲ ਕਰ ਪਾ ਰਹੇ ਹੈਗੇ। ਦੱਸੋ ਇਸੇ ਕਾਲਰ ਦੀ ਮੈਂ ਅੱਗੇ ਗੱਲ ਚਲਾਉਣਾ ਜੀ, ਕਿ ਹੁਣ ਦੇਖੋ ਇਹ ਬਜ਼ੁਰਗ ਨੇ 82 ਈਅਰਸ, ਪਰਫੈਕਟਲੀ ਹੈਲਦੀ ਨੇ, ਸਾਰਾ ਕੁਝ ਠੀਕ ਹੈ ਜੀ, ਲੇਕਿਨ ਇਹ ਹੱਥ ਪੈਰ ਸੌਂਦੇ ਨੇ ਅਤੇ ਇਹ ਇੱਕ ਕਮਜ਼ੋਰੀ ਦੀ ਨਿਸ਼ਾਨੀ ਹੋ ਰਹੀ ਹੈ, ਠੀਕ ਹੈ ਨਾ? ਅਤੇ ਇਹਨਾਂ ਨੂੰ ਕੋਈ ਡਰੱਗਸ ਨਹੀਂ ਚਾਹੀਦੀ, ਕੋਈ ਐਂਟੀਬਾਇਓਟਿਕ ਨਹੀਂ ਚਾਹੀਦਾ ਜਾਂ ਕੋਈ ਪੇਨ ਕਿਲਰ ਨਹੀਂ ਚਾਹੀਦਾ, ਬਲਕਿ ਇਹਨਾਂ ਨੂੰ ਟੋਨਿਕ ਜਿਸ ਤਰ੍ਹਾਂ ਅਲਫਾ ਟੋਨਿਕ ਹੈ ਜੀ ਜਾਂ ਜੁਆਇੰਟ ਫਾਰਮੂਲਾ, ਉਹ ਕੋਈ ਦਵਾਈਆਂ ਨਹੀਂ ਹੈ, ਉਹਦਾ ਕੋਈ ਸਾਈਡ ਇਫੈਕਟ ਨਹੀਂ, ਬਲਕਿ ਤੁਹਾਡੇ ਸਰੀਰ ਨੂੰ ਤਾਕਤ ਦੇਵੇਗੀ, ਤੁਹਾਡੀ ਬਲੱਡ ਸਰਕੂਲੇਸ਼ਨ ਵਾਸਤੇ ਪ੍ਰੋ ਹਾਰਟ ਹੈ ਜਾਂ ਯੂਥ ਫਾਰਮੂਲਾ। ਅਗਲੇ ਜਿਹੜੇ ਕਾਲਰ ਕੈਨੇਡਾ ਤੋਂ ਕਾਲ ਕਰ ਰਹੇ, ਕਾਫੀ ਟਾਈਮ ਤੋਂ ਯੂਥ ਫਾਰਮੂਲਾ ਖਾ ਰਹੇ ਹੈ, ਅਤੇ ਉਹ ਕੋਈ ਇਹ ਕੋਈ ਦਵਾਈਆਂ ਨਹੀਂ ਹੈ ਕਿ ਤੁਸੀਂ ਬਿਮਾਰ ਹੋਣਾ ਤਾਂ ਹੀ ਇਹ ਦਵਾਈ ਖਾਣੀ ਹੈ, ਇਹ ਸਪਲੀਮੈਂਟ ਨੇ, ਹਰਬਸ ਨੇ, ਜੜੀ ਬੂਟੀਆਂ ਨੇ ਜਿਹੜੀਆਂ ਕਿ ਤੁਹਾਡੇ ਸਰੀਰ ਨੂੰ ਤਾਕਤ ਦੇਣ ਦੀਆਂ, ਤੁਹਾਡੀ ਸਰਕੂਲੇਸ਼ਨ ਨੂੰ ਅੱਛਾ ਕਰਨ ਦੀਆਂ, ਅਤੇ ਤੁਸੀਂ ਬਿਮਾਰੀਆਂ ਤੋਂ ਬਚੋਗੇ ਜੀ। ਥੋੜ੍ਹੀ ਬਹੁਤ ਜਿਹੜੀ ਪ੍ਰੋਬਲਮ ਸ਼ੁਰੂ ਹੁੰਦੀ ਹੈ ਅਗਰ ਉਹਦਾ ਟੇਕ ਕੇਅਰ ਕਰ ਦਿੱਤਾ ਜਾਏ, ਤੁਸੀਂ ਦੇਖਦੇ ਕਈ ਲੋਕ ਦੇ ਵੈਦ ਨੇ ਹਰਬਲ ਮਤਲਬ ਜਿਹੜੇ ਇਸ ਪ੍ਰੈਕਟਿਸ ਕਰਦੇ ਆ, ਉਹਨਾਂ ਦੀ ਹੈਲਥ ਜਿਹੜੀ ਹੈ ਕਾਫੀ ਅੱਛੀ ਹੁੰਦੀ ਹੈ, ਸਮਝ ਗਏ ਨਾ? ਦੂਜੇ ਡਾਕਟਰ ਨੇ ਐਲੋਪੈਥਿਕ ਦੇ, ਉਹਨਾਂ ਦੀ ਕਾਫੀ ਮਤਲਬ ਹੈਲਥ ਅਕਸਰ ਜਿਹੜੀ ਹੈ ਇਤਨੀ ਨਾਟ ਗੁੱਡ, ਮੈਂ ਇਹੀ ਗੱਲ ਕਰਨ ਲੱਗਾ ਕਿ ਜਿਹੜੇ ਆਯੁਰਵੇਦਾ ਦੇ ਉੱਤੇ ਕਰਦੇ ਹੈਗੇ ਆ ਉਹ ਐਨ ਇੱਕਦਮ ਹੱਟੇ ਕੱਟੇ ਪੰਜਾਬੀ 'ਚ ਲੱਗਦੇ ਹੈਗੇ ਆ। ਇੱਕ ਸੈਕਿੰਡ, ਇੱਕ ਫੋਨ ਹੋ ਰਹਾ ਗਿਆ। ਹਾਂਜੀ ਹੈਲੋ, ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਕੁਐਸਚਨ ਹੈ ਤੁਹਾਡਾ ਦੱਸੋ? ਸਤਿ ਸ਼੍ਰੀ ਅਕਾਲ। ਹਾਂਜੀ
ਆਪਣੇ ਨਾ ਮੇਰੇ ਘਰ ਦਿਆਂ ਦੇ ਪ੍ਰੋਬਲਮ ਹੈ ਹੱਥਾਂ ਦੀ ਜੀ, ਹੱਥ ਦੇ ਦਰਦਾਂ ਬਹੁਤ ਹੁੰਦੀਆਂ ਉਹਨਾਂ ਦੇ। ਅੱਛਾ, ਤੁਸੀਂ ਕਿੱਥੋਂ ਕਾਲ ਕਰ ਰਹੇ ਹੋ? ਹਾਂਜੀ, ਅਸੀਂ ਨਾ ਇੱਕ ਤੁਹਾਡੇ ਨਾਨੀ ਜੀ ਨਹੀਂ ਇੰਡੀਆ ਵਿੱਚ, ਅਸੀਂ ਉਹਨਾਂ ਦੀ ਹਾਰਟ ਬੀਟ ਬਾਰੇ ਪਤਾ ਕਰਨਾ ਸੀਗਾ। ਉਹਨਾਂ ਦੀ ਹਾਰਟ ਬੀਟ ਨਾ ਅਚਾਨਕ ਵੱਧ ਜਾਂਦੀ ਆ, ਆਈ ਥਿੰਕ ਮੈਂ ਗੂਗਲ ਕੀਤਾ ਸੀਗਾ, ਅਰਿਦਮੀਆ ਦਾ ਮੈਨੂੰ ਲੱਛਣ ਲੱਗਦੇ ਆ ਜੀ, ਤੇ ਪੰਪ ਥੋੜਾ ਜਿਹਾ ਕਮਜ਼ੋਰ ਲੱਗਦਾ ਹਾਰਟ ਦਾ, ਤੇ 5-6 ਘੰਟੇ ਮਤਲਬ ਰਹਿੰਦੀ ਆ ਹਾਰਟ ਬੀਟ ਬਹੁਤ ਜ਼ਿਆਦਾ ਹਾਈ, ਤੇ ਕਾਫੀ ਵੀਕ ਹੋ ਜਾਂਦੇ ਆ। ਓਕੇ ਓਕੇ, ਤੇ ਉਹਦਾ ਕੋਈ ਇਲਾਜ ਹੈ ਤੁਹਾਡੇ ਕੋਲ ਜੀ? ਜੀ ਜੀ ਬਿਲਕੁਲ ਹੈ, ਉਹਨਾਂ ਵਾਸਤੇ ਬਹੁਤ ਅੱਛਾ ਕਾਰਡੀਆ ਟੋਨਿਕ ਦੇ ਨਾਂ ਤੇ ਦਵਾਈ ਹੈ ਹੋਮਿਓਪੈਥਿਕ ਦੀ, ਜਿਹੜੇ ਕਿ ਉਹਨਾਂ ਦੇ ਹਾਰਟ ਨੂੰ ਔਰ ਉਹਨਾਂ ਨੂੰ ਕੋਈ ਨਰਵ ਟੋਨਿਕ ਵੀ ਰੈਕਮੈਂਡ ਕਰਾਂਗੇ। ਹੋਰ ਜਦੋਂ ਤੁਸੀਂ ਦਵਾਈ ਲੈਣ ਆਓਗੇ ਜਾਂ ਕਾਲ ਕਰੋਗੇ ਤਾਂ ਫਿਰ ਹੋਰ ਉਹਨਾਂ ਦੇ ਬਾਰੇ 'ਚ ਡਿਟੇਲ ਨਾਲ ਗੱਲਬਾਤ ਕਰਕੇ ਜੋ ਵੀ ਮੈਡੀਸਨ ਹੋਏਗੀ ਫਿਰ ਤੁਹਾਨੂੰ ਰੈਕਮੈਂਡ ਕਰ ਦਾਂਗੇ। ਠੀਕ ਹੈ ਜੀ? ਦੋਸਤੋ ਲੋ ਵੀ ਆਪਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਹੈਗੀਆਂ ਔਰ ਇਹਦੇ ਵਿੱਚ ਸਿੱਟੇ ਬਹੁਤ ਨਿਕਲੇ ਹੈਗੇ ਆ ਕਿ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ, ਪਰਹੇਜ਼ ਕਰਨਾ ਚਾਹੀਦਾ ਹੈਗਾ ਔਰ ਦਵਾਈ ਜਿਹੜੀ ਹੈਗੀ ਆ ਮੌਕੇ ਦੇ ਉੱਤੇ ਜ਼ਰੂਰ ਲੈਣੀ ਚਾਹੀਦੀ ਹੈਗੀ ਆ। ਤੁਸੀਂ ਡਾਕਟਰ ਸਾਹਿਬ ਨੂੰ ਕਾਲ ਵੀ ਕਰ ਸਕਦੇ ਹੈਗੇ, ਇਹਨਾਂ ਦੇ ਜਿਹੜਾ ਆਫਿਸ ਦਾ ਨੰਬਰ ਹੈਗਾ 718-396-3600। ਤਾਂ ਉਹਦੇ 'ਚ ਵੀ ਗੱਲ ਕਰ ਸਕਦੇ ਆ। ਜੈਕਸਨ ਹਾਈਟ ਦੇ ਵਿੱਚ ਇਹਨਾਂ ਦਾ ਕਲੀਨਿਕ ਹੈਗਾ ਆ, ਕੋਈ ਵੀ ਤੁਹਾਡੀ ਗੱਲਬਾਤ ਹੋਵੇ ਤਾਂ ਜ਼ਰੂਰ ਇਹਨਾਂ ਨਾਲ ਤੁਸੀਂ ਰਾਬਤਾ ਕਾਇਮ ਕਰੋ। ਡਾਕਟਰ ਸਾਹਿਬ ਥੈਂਕ ਯੂ ਜੀ ਬਹੁਤ, ਤੁਸੀਂ ਇੰਨੀ ਠੰਡ ਦੇ ਵਿੱਚ ਅੱਜ ਸਲੋ ਪੈਂਦੇ ਦੇ ਵਿੱਚ ਆਏ ਹੈਗੇ ਆ, ਸਾਡੇ ਦਰਸ਼ਕਾਂ ਦੇ ਨਾਲ ਗੱਲਬਾਤ ਕੀਤੀ ਹੈਗੀ, ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਠੀਕ ਹੈ ਜੀ।